ਇਹ ਜਿਹੜਾ ਪਿੰਡ ਆਇਆ ਚੋਹਾਣਾ ਅਤੇ ਸਾਈਡ 'ਤੇ ਆ ਕੇ ਸੇਖੂਪੁਰ ਕਲਾਂ ਅਤੇ ਸਿੱਧਾ ਨੱਥੂ ਹੇੜੀ। ਅਤੇ ਅਗਰ ਆਪਾਂ ਬਾਹਰੋਂ ਬਾਹਰੀ ਵਿਊ ਦੇਖੀਏ ਖੇਤਾਂ ਅਤੇ ਪਿੰਡ ਦਾ ਤਾਂ ਬਹੁਤ ਸੋਹਣਾ ਬਣਦਾ। ਅਤੇ ਹੁਣ ਆਪਾਂ ਪਹਿਲਾਂ ਦੀ ਤਰ੍ਹਾਂ ਜਿਹੜਾ ਇਹ ਪਿੰਡ ਦੀ ਜਿਹੜੀ ਆ ਫਿਰਨੀ ਆਪਾਂ ਸਰ ਕਰਾਂਗੇ, ਫਿਰ ਤੁਹਾਨੂੰ ਅੰਦਰਲਾ ਮਾਹੌਲ ਦਿਖਾਵਾਂਗੇ ਪਿੰਡ ਦਾ। ਅਤੇ ਇੱਥੇ ਤੁਹਾਨੂੰ 5 ਕਿਲੋਮੀਟਰ ਵਗੈਰਾ ਲਿਖਿਆ ਹੋਇਆ। ਇਹ ਪਿੰਡ ਜਿਹੜੀ ਫਿਰਨੀ ਆ ਅਜੇ ਫਿਲਹਾਲ ਤਾਂ ਜਿਹੜੀ ਸੜਕ ਜਾ ਰਹੀ ਆ ਪਿੰਡਾਂ ਦੀਆਂ ਜਿਹੜਾ ਸੜਕਾਂ ਹੁੰਦੀਆਂ ਨੇ ਉਹ ਨਾ ਇਸ ਤਰ੍ਹਾਂ ਹੁੰਦੀਆਂ ਨੇ ਜਿਵੇਂ ਆਪਾਂ ਕਹਿ ਦਈਏ ਵੀ ਉੱਪਰੋਂ ਫਿਰਨੀ ਵੀ ਜਿਹੜਾ ਇਹ ਪਿੰਡ ਦਾ ਇਹਦੇ ਉੱਪਰ ਫਿਲਹਾਲ ਦੀ ਘੜੀ ਤਾਂ ਸੜਕ ਜਾ ਰਹੀ ਆ ਵਧੀਆ, ਬਾਕੀ ਜਿਹੜੀ ਅੰਦਰ ਵੀ ਹੋ ਸਕਦੀ ਆ ਉਹ ਆਪਾਂ ਕੁਛ ਕਹਿ ਨਹੀਂ ਸਕਦੇ। ਕਿਸੇ ਦੇ ਘਰ ਮੈਨੂੰ ਲੱਗਦਾ ਪਾਠ ਹੈੜਾ ਅਰਦਾਸ ਆ ਉਹਦੀ ਹੋ ਗਈ ਆ। ਜਿਹੜੇ ਆ ਪਿੰਡ ਆ ਗਏ ਚੱਕ ਧਣੋਂ ਕੁੱਪ, ਪਰ ਆਪਾਂ ਨੇ ਪਿੰਡ ਦੇ ਉੱਪਰ ਦੀ ਆ ਜਿਹੜੀ ਉਹ ਪੂਰਾ ਕਰਨਾ ਪਹਿਲਾਂ, ਕਿਉਂਕਿ ਆਪਾਂ ਨੇ ਆਪਦਾ ਪੰਜਾਬ ਦਿਖਾਉਣਾ, ਪੰਜਾਬ ਦਾ ਕਲਚਰ ਦਿਖਾਉਣਾ। ਕਈ ਵਾਰ ਕਿਸੇ ਪਿੰਡ ਵਿੱਚ ਕੋਈ ਮਸ਼ਹੂਰ ਹੁੰਦਾ ਜਾਂ ਕੋਈ ਜਗ੍ਹਾ ਹੁੰਦੀ ਹੈ ਉਸਦੀ ਆਪਾਂ ਫਿਰ ਅਲੱਗ ਤੋਂ ਓਏ ਓਏ ਮਾਮਾ ਹਾਂਜੀ ਹਾਂ ਚੈਰ ਅਤੇ ਕਈ ਵਾਰ ਹੁੰਦਾ ਹੁੰਦਾ ਮੈਨੂੰ ਰੌਲਾ ਕੱਟਣਾ ਪੈ ਜਾਂਦਾ ਹੁੰਦਾ, ਫਿਰ ਮੈਂ ਬੱਚਿਆਂ ਦੀ ਵੀਡੀਓ ਕੱਟ ਵੀ ਸਕਦਾ, ਪਰ ਗੱਲ ਇਹ ਹੈ ਕਿ ਮੈਂ ਨਹੀਂ ਕੱਟਦਾ ਹੁੰਦਾ ਅਗਰ ਇਹ ਸਾਂਸ ਸੁਭਾਅ ਨਾਲ ਚੱਲਣਗੇ ਤਾਂ। ਨਗਰ ਦੇਖੋ ਪਿੰਡਾਂ ਦੇ ਵਿੱਚ ਆਹ ਚੀਜ਼ ਮਿਲ ਜੂੰਦਾ ਤੁਹਾਨੂੰ, ਇਹ ਤੁਹਾਨੂੰ ਸ਼ਹਿਰਾਂ ਵਿੱਚ ਕਿੱਥੇ ਮਿਲ ਜੂ ਇਹ ਨਜ਼ਾਰੇਦਾਰ। ਆਪਣੇ ਲੰਗਰ ਜਿਹੜੇ ਪੰਜਾਬ 'ਚ ਆਮ ਲੱਗੇ ਰਹਿੰਦੇ ਨੇ ਵਿੱਚ ਲੋਕ ਕਈ ਵਾਰ ਹੁੰਦੇ ਨੇ ਉਹ ਚੀਜ਼ ਦਾ ਪਖੰਡ ਕਰ ਦਿੰਦੇ ਨੇ, ਪਰ ਬਾਕੀ ਬਹੁਤ ਜ਼ਿਆਦਾ ਵਧੀਆ ਪੰਜਾਬ ਐਸੇ ਕੋਲੋਂ ਹੀ ਬਹੁਤ ਵਧੀਆ ਕਿ ਇੱਥੇ ਕੋਈ ਜਿਹੜਾ ਵੀ ਬੰਦਾ ਉਹ ਭੁੱਖਾ ਨਹੀਂ ਮਰ ਸਕਦਾ। ਇਸ ਸਾਈਡ ਆਪਣੇ ਸਕੂਲ ਆ ਜਿਹੜਾ ਉਹ ਆ ਜਾਂਦਾ ਅਤੇ ਸਾਹਮਣੇ ਆ ਜਿਹੜੀ ਉਹ ਸੜਕ ਆ ਉਹ ਕਿਸੇ ਹੋਰ ਪਿੰਡ ਨੂੰ ਵੱਲ ਜਾਂਦੀ ਹੋਊ, ਪਰ ਆਪਣੇ ਇੱਕ ਵਾਰ ਕਵਰ ਕੀ ਕਰਨਾ ਉੱਪਰੋਂ। ਇਹ ਪਿੰਡ ਮੈਨੂੰ ਥੋੜ੍ਹਾ ਜਿਹਾ ਲੱਗਦਾ ਕਿ ਸ਼ਾਇਦ ਵੱਡਾ ਹੋਵੇ। ਇਹ ਆਪਣੇ ਜਾਣੀ ਕਿ ਸ਼ਹੀਦਿਆਂ ਦੇ ਦਿਨ ਚੱਲ ਕੇ ਪਿੰਡ ਅੱਜ ਨਵਾਂ ਸਾਲ ਆ, ਪਰ ਇਹ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਲੰਗਰ ਲਗਾਏ ਜਾਂਦੇ। ਵਧੀਆ ਗੱਲ ਆ ਕਿ ਜਿਹੜਾ ਇੱਥੇ ਗੱਲ ਤਾਂ ਉਹੀ ਆ ਨਾ, ਜਦ ਤੁਸੀਂ ਮੰਨ ਲਓ ਕਿ ਹੋਰ ਸਟੇਟ ਤੋਂ ਗਏ ਉੱਥੇ ਸ਼ਾਇਦ ਤੁਸੀਂ ਤੁਹਾਨੂੰ ਭੁੱਖ ਤਾਂ ਘਟਣੀ ਪੈ ਜਾਣੀ, ਪਰ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚ ਤੁਸੀਂ ਕੁਛ ਵੀ ਆ ਚਾਹੇ ਭੁੱਖ ਤਾਂ ਆ ਤੁਹਾਨੂੰ ਕਿ ਤੂੰ ਮੰਗ ਕੇ ਵੀ ਖਾ ਲਓਗੇ, ਮੰਨ ਲਓ ਕਿ ਦੋ ਰੋਟੀ ਵਾਲਾ ਦੇ ਹੀ ਦੇਵੇਗਾ। ਗੱਲ ਇਹ ਆ ਆਪਾਂ ਉਸ ਹੀ ਤਰੀਕੇ ਦੇ ਵਿੱਚ ਆ ਗਏ ਉੱਪਰ ਜਿਹੜਾ ਆਪਾਂ ਘੁੰਮ ਕੇ ਆਏ ਸੀਗੇ ਉਹ ਆਪਣਾ ਪੂਰਾ ਸਾਹਮਣੇ ਤੁਹਾਨੂੰ ਉਹ ਸੜਕ ਦੇਖਦੀ ਨਾਲ ਜਿਹੜੀ ਆਪਾਂ ਹੁਣ
अंदर गलियां दे विच बड़ांगे। अंदरों भी लॉक कीता ਅਦਰੋਂ ਬੋਰਡ ਦੀ ਬੜਾ ਬੋਰਡ ਦੀ ਸਾਂਭ ਜੋ ਲੱਗ ਗਈ ਹੁੰਦੀ ਆ ਇੱਕ ਚੀਜ਼ ਦੇਖੀ ਤੂੰ ਕਿੰਨੀ ਸਾਂਭ ਹੋਈ ਹੈ ਨਾ ਸਿਰਫ ਇੱਕ ਜਿਵੇਂ ਹੁਣ ਮੰਨ ਲਓ ਕਿ ਚਿਲਚਲਾਹਟ ਆ ਜਿਹੜੀ ਪੰਛੀਆਂ ਦੀ ਬਸ ਉਹੀ ਦੇਖ ਰਹੀ ਆ ਹੋਰ ਕੁਛ ਨਹੀਂ ਆ ਡੋਗੀ ਸਿੰਘ ਹੋਰ ਆਮ ਹੀ ਬੈਠੇ ਰਹਿੰਦੇ ਹੁੰਦੇ ਨੇ ਪਿੰਡਾਂ ਦੇ ਵਿੱਚ ਆਪਣੇ ਆਪਾਂ ਹੁਣ ਮੰਨ ਲਓ ਕਿ ਇਸ ਸਾਈਡ ਮੁੜਾਂਗੇ ਪਹਿਲਾਂ ਜਿਹੜਾ ਇਸ ਸਾਈਡ ਨੂੰ ਆ ਇੱਧਰ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਆ ਜਾਂਦਾ ਕਿਸੇ ਕਿਸੇ ਪਿੰਡ ਦੇ ਵਿੱਚ ਨਾ ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਬਹੁਤ ਹੀ ਜ਼ਿਆਦਾ ਵਧੀਆ ਨੇ ਜਿਵੇਂ ਆਹ ਦੇਖੋ ਕਿੰਨਾ ਸ਼ਾਨਦਾਰ ਇਹ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੇ ਪਰ ਆਪਾਂ ਇੱਕ ਵਾਰ ਜਿਹੜੇ ਪਿੰਡ ਦੀਆਂ ਗਲੀਆਂ ਜੋ ਹੁਣ ਆਹ ਗਲੀ ਆ ਮੇ ਵੀ ਬੰਦ ਹੈ ਭਾਅ ਜੀ ਅਤੇ ਇਹ ਸਾਈਡ ਆ ਥੋੜ੍ਹੀ ਜਿਹੀ ਨਿਮਿਆਣ ਜੀ ਆ ਕੇ ਆਹ ਗਲੀ ਨਿਕਲਦੀ ਆ ਪਰ ਆਪਾਂ ਹੁਣ ਇੱਧਰ ਜਾਵਾਂਗੇ ਇਹ ਬਿਲਕੁਲ ਸੜਕ 'ਤੇ ਨਿਕਲ ਗਈ ਆਹ ਗਲੀ ਆ ਅਤੇ ਹਾਂ ਇਹ ਗਲੀ ਆਰ ਪਾਰ ਜ਼ਰੂਰ ਹੋ ਗਈ ਆਪਣੇ ਆਪ ਹੀ ਰੁੜ ਹੀ ਜਾਂਦਾ ਕਿਉਂਕਿ ਉਹ ਨਿਆਣ ਆ ਗਈ ਤਰੀਕੇ ਨੂੰ ਬਿੱਚ ਇੱਕ ਤਾਂ ਵੀ ਆ ਗਈਆਂ ਜਿਹੜੀ ਆਪਣਾ 20-15 ਸਾਲ ਦੀ ਪਹਿਲਾਂ ਉਹ ਇੱਥੇ ਦੋ ਆ ਗਏ ਹੁਣ ਇੱਧਰ ਆਪਾਂ ਜਾਵਾਂ ਬਿਲਕੁਲ ਜਿਹੜੀ ਉਹ ਸੜਕ ਆ ਉਹਦੇ ਨਿਕਲ ਜਾਵਾਂਗੇ ਹੁਣ ਜਿਹੜੀ ਇੱਕ ਆਪਾਂ ਇੱਧਰੋਂ ਇੱਕ ਹੋਰ ਆ ਗਲੀ ਇਹ ਆ ਜਿਹੜਾ ਮੰਨ ਲਓ ਕਿ ਤੁਸੀਂ ਇੱਥੋਂ ਵੀ ਦੋ ਹੁੰਦੇ ਨੇ ਇੱਕ ਇਸ ਸਾਈਡ ਆ ਅਤੇ ਇੱਕ ਇਸ ਸਾਈਡ ਆ ਇਹ ਸਾਈਡ ਵਾਲੀ ਜਿਹੜੀ ਗਲੀ ਹੋ ਗਈ ਮੇ ਵੀ ਬੰਦ ਆ ਹੋ ਸਕਦੀ ਆ ਪਰ ਆਪਾਂ ਇੱਕ ਵਾਰ ਚੱਲ ਕੇ ਆਉਂਦੇ ਹਾਂ ਵੀ ਬੰਦ ਹੈਗੀ ਆ ਜਾਂ ਨਹੀਂ ਜਾਂ ਕਈ ਵਾਰ ਨਿਕਲਦੀ ਹੁੰਦੀ ਆ ਆਪਾਂ ਨੂੰ ਨਹੀਂ ਪਤਾ ਹੁੰਦਾ ਅਤੇ ਭੀੜੀ ਜਿਹੀ ਗਲੀ ਆਪਾਂ ਨਿਕਲਦੀ ਆ ਅੱਗੇ ਕਈ ਵਾਰ ਐਵੇਂ ਡਰ ਹੁੰਦਾ ਹੁੰਦਾ ਵੀ ਇਹ ਬੰਦ ਨਾ ਹੋ ਜੀ ਹਾਂ ਅੱਗੇ ਜਾ ਕੇ ਹੋ ਵੀ ਸਕਦੀ ਆ ਬੰਦ ਹੋ ਗਈ ਸਾਹਮਣੇ ਵਾਲੀ ਗਲੀ ਆ ਹਨੂੰਮਾਨ ਜੀ ਦੀ ਮੂਰਤੀ ਰੱਖੀ ਹੋਈ ਆ ਛੋਟਾ ਜਿਹਾ ਯਾਨੀ ਕਿ ਆਪਾਂ ਕਹਿ ਦਿੰਦੇ ਹਾਂ ਵੀ ਜਿਹੜੇ ਮੰਨਤ ਮੌਕੇ ਨੇ ਵੀ ਉਹ ਮੰਦਰ ਆਪਾਂ ਇੱਕ ਮੂਹਰੇ ਹੋਰ ਆ ਗਈ ਇੱਕ ਹੁਣ ਆਪਾਂ ਪਿਛਲੀ ਜਿਹੜੀ ਗਲੀ ਉਹ ਸਰਕ ਰਹੀ ਇਹ ਬਾਅਦ 'ਚ ਕਰਦੇ ਅਤੇ ਆਹ ਗਲੀ ਤਾਂ ਯਾਨੀ ਕਿ ਉੱਪਰ ਸੜਕ 'ਤੇ ਆ ਜਾਂਦੀ ਹੈ ਸੜਕ ਬੈਠਾ ਸੀ ਆ ਇੱਥੋਂ ਇੱਧਰ ਇਸ ਸਾਈਡ 'ਚੋਂ ਆਪਾਂ ਆਏ ਸੀਗੇ ਹੁਣ ਆਪਾਂ ਇਸ ਸਾਈਡ ਵੱਲ ਹੀ ਲੰਘਣਾ ਅਤੇ ਆਹ ਗਲੀ ਬੰਦ ਆ ਮੈਨੇ ਆਹ ਗਲੀ ਬੰਦ ਪੁੱਤ ਹਾਂ ਹਾਂ ਉਹ ਆਏ ਤਾਂ ਆਹ ਗਲੀ ਲੰਘਦੀ ਆ ਰੰਧਾਵਾ ਫੈਮਿਲੀ ਆ ਰੰਧਾਵਾ ਫੈਮਿਲੀ ਹਾਂ ਅਤੇ ਆਹ ਗਲੀ ਉਹ ਬੱਚਿਆਂ ਨੇ ਦੱਸਿਆ ਕਹਿੰਦੇ ਵੀ ਗਾਹਾਂ ਅੱਗੇ ਸ਼ਰ ਹੁੰਦੀ ਆ ਕਿਉਂਕਿ ਪਿੰਡ ਦਾ ਹੀ ਆਪਾਂ ਨੂੰ ਦੱਸਦਾ ਹੁੰਦਾ ਗਲੀਆਂ ਦੇਖੋ ਕੁਝ ਭੀੜੀਆਂ ਹੁੰਦੀਆਂ ਨੇ ਕੁਝ ਵੱਡੀਆਂ ਹੁੰਦੀਆਂ ਨੇ ਹਾਂ ਇੱਥੇ ਜਾ ਕੇ ਵੀ ਆਪਾਂ ਨੂੰ ਆਹ ਪਿੰਡ ਦੇ ਦਰਵਾਜ਼ੇ ਵਾਲੇ ਆ ਗਿਆ ਅਤੇ ਇੱਕ ਇੱਧਰ ਨੇ ਦੋ ਭਾਜੀ ਦੋ ਗਲੀਆਂ ਲੰਘਦੀਆਂ ਨੇ ਅੱਗੇ ਜਾ ਕੇ ਆਹ ਗਲੀਆਂ ਲੰਘਦੀਆਂ ਨੇ ਬੇਬੀ ਅੱਗੇ ਜਾ ਕੇ ਆਹ ਬੰਦ ਅੱਛਾ ਇਹ ਲੰਘਦੀ ਆ ਬਸ ਠੀਕ ਆ ਬਸ ਠੀਕ ਆ ਆਹ ਤਾਂ ਗਲੀ ਦਾ ਐਂਡ ਹੋ ਜਾਏਗਾ ਇਹ 'ਚ ਆਪਾਂ ਜਾਂਦੇ ਨਹੀਂ ਜੀ ਠੀਕ ਆ ਆਹ ਗਲੀ ਅੱਗੇ ਵੀਰ ਕਹਿੰਦਾ ਵੀ ਸਰ ਹੁੰਦੀ ਆ ਅਤੇ ਬਾਕੀ ਇਹ ਪਿੰਡਾਂ ਦਾ ਅੱਜ ਆਪਾਂ ਮਾਹੌਲ ਦੇਖੀਏ ਤਾਂ ਬਹੁਤ ਜ਼ਿਆਦਾ ਸ਼ਾਨਦਾਰ ਆ ਕਹਿਣ ਵਾਲਾ ਅਗਲਾ ਕੁਛ ਵੀ ਕਹੀ ਜਾਵੇ ਗੁਰਦੁਆਰਾ ਸਾਹਿਬ ਵੀ ਦੇਖ ਰਹੇ ਆਪਾਂ ਉਹ ਵੀਰ ਕਹਿੰਦਾ ਵੀ ਜਿਹੜੀ ਇਹ ਗਲੀ ਆ ਉਹ ਸਾਫ ਹੁੰਦੀ ਆ ਕੋਈ ਪੁਰਾਣਾ ਘਰ ਆ ਪੁਰਾਣੇ ਟਾਈਪ ਦਾ ਕਈ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ ਆਪਾਂ ਨੂੰ ਪੁਰਾਣੀਆਂ ਅਤੇ ਆ ਵੀਰ ਹੋਰੀ ਜਿਵੇਂ ਹੁਣ ਖੜ੍ਹੇ ਸੀ ਬਹੁਤ ਵੀਡੀਓ ਦੀ ਐਂ ਕੋਈ ਮੂਹਰੋਂ ਨਾ ਜੇ ਜਿਵੇਂ ਪਹਿਲਾਂ ਅੱਗੇ ਬੱਚੇ ਆ ਗਏ ਸੀ
ਅਤੇ ਹੁਣ ਇੱਥੇ ਦੋ ਗਲੀਆਂ ਬਣੀਆਂ, ਇੱਕ ਆਹ ਸਾਈਡ ਆ, ਆਪਾਂ ਦੂਸਰੀ ਬਾਅਦ 'ਚ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਥੋਂ ਜਾਂ ਤਾਂ ਨਗਰ ਕੀਰਤਨ ਜਿਹੜਾ ਹਵੇਲਾ ਲਾਂਘੇ ਟੇ ਆਹ ਉੱਪਰ ਮੂਹਰੇ ਆ ਗਿਆ ਆਪਣੇ, ਉਹੀ ਸੜਕ ਜਿਹੜੀ ਆਪਾਂ ਲਾਂਘੇ ਟੇ ਸੀ ਅਤੇ ਇੱਧਰੋਂ ਆਪਾਂ ਆਏ ਸੀ ਪਹਿਲਾਂ। ਗੁਰਦੁਆਰਾ ਸਾਹਿਬ ਆ, ਆਪਾਂ ਮੇਰੇ ਹਿਸਾਬ ਨਾਲ ਪਿੰਡ 'ਚ ਤਿੰਨ ਗੁਰਦੁਆਰਾ ਸਾਹਿਬ ਹੋਣਗੇ ਹੁਣ। ਅਤੇ ਜਿਹੜੀ ਆਹ ਗਲੀ ਸੀ ਆਪਣੀ, ਹੁਣ ਆਪਣੇ ਇਹ ਵੀ ਆਪਣੇ ਜਿਹੜੀ ਆ ਸ਼ਹਿਰ ਕਰਨੀ। ਅਤੇ ਇਹ ਆਪਾਂ ਇੱਥੋਂ ਵਾਪਸ ਮੁੜਾ ਹੈ, ਆਪਾਂ ਇਸ ਸਾਈਡ ਤੋਂ ਆਏ ਸੀ, ਪਿਛਲੀ ਜਿਹੜੀ ਗਲੀ ਉਹ ਬੰਦ ਆ, ਅਤੇ ਹੁਣ ਆਪਾਂ ਇਸ ਸਾਈਡ ਕਵਰ ਕਰਾ ਗਏ। ਕਾਫੀ ਨਿਆਣ ਆ ਨੀਚੇ ਨੂੰ, ਬ੍ਰੇਕ ਲਗਾ ਕੇ ਕਰਨਾ ਪਏਗਾ ਤੁਹਾਨੂੰ। ਅਤੇ ਮੈਂ ਵੀ ਮੇਰੇ ਹਿਸਾਬ ਨਾਲ ਆਪਣੀ ਲਾਸਟ ਹੋ ਗਈ ਸੀ, ਪਰ ਮੇਰੇ ਹਿਸਾਬ ਨਾਲ ਨਾ ਇਸ ਸਾਈਡ ਆ ਜਿਹੜਾ ਹੁਣ ਇਸ ਸਾਈਡ ਆ ਜਿਹੜਾ ਇਹ ਆਪਾਂ ਦੁਬਾਰੇ ਉੱਥੋਂ ਮੁੜਿਆ ਆਵਾਂਗੇ। ਅਤੇ ਕਈ ਵਾਰ ਨਾ ਪਤਾ ਕੀ ਚੱਕਰ ਹੁੰਦਾ ਵੀ ਮੰਨ ਲਓ ਕਿ ਇੱਕ ਹੋਰ ਆ, ਪਰ ਮੈਨੂੰ ਇਹ ਤਾਂ ਇਹ ਨਹੀਂ ਪਤਾ ਹੈਗਾ ਵੀ ਇਹ ਜਾਂਦੀ ਹੈ ਕੀ ਗੱਲ। ਇਹ ਗਲੀ ਆ ਜਿਹੜੀ ਇਸ ਸਾਈਡ ਨੂੰ ਵੀ ਮੁੜਦੀ ਆ, ਅਤੇ ਮੈਂ ਇਹ ਕਹਿਣਾ ਵੀ 90% ਆ ਜਿਹੜਾ ਆਪਣਾ ਮੈਂ ਕੋਈ ਵੀ ਕਵਰ ਕਰ ਸਕਦਾ। ਅਤੇ ਹੁਣ ਜੀ ਆਪਾਂ ਇੱਥੋਂ ਉਹ ਗੁਰਦੁਆਰਾ ਸਾਹਿਬ 'ਚ ਆਏ ਸੀ, ਮੈਂ ਆਪਾਂ ਇੱਥੋਂ ਵਾਪਸ ਹੋ ਗਿਆ, ਇਹ ਆਪਾਂ ਪਹਿਲਾਂ ਆਏ ਨਹੀਂ ਹੋਏ। ਅਤੇ ਆਪਾਂ ਸੜਕ ਇੱਥੋਂ ਆਪਾਂ ਨੇ ਇਸ ਪਿਛਲੀ ਸਾਈਡ ਵੱਲ ਮੁੜੇ ਸੀ, ਅਤੇ ਹੁਣ ਆਪਾਂ ਨੇ ਜਿਹੜਾ ਅਗਲਾ ਸਾਈਡ ਆ ਇਹ ਕੱਢਣਾ। ਅਤੇ ਆਪਾਂ ਉੱਥੇ ਆ ਗਏ ਜਿਵੇਂ ਸੜਕ ਦੇ ਉੱਪਰ, ਇੱਥੋਂ ਉਹਨਾਂ ਦਾ ਆਪਣੇ ਬਾਈਆਂ ਲੰਗਰ ਲਾ ਵੀਰਾਂ ਦਾ ਵਗੈਰਾ ਲੰਗਰ ਵਗੈਰਾ ਲਾਇਆ ਹੋਇਆ। ਇਹ ਆਪਾਂ ਨੂੰ ਹੁਣ ਸਕੂਲ ਵਿੱਚ ਲੈ ਕੇ ਜਾਣਗੇ ਕਿਉਂਕਿ ਆਪਾਂ ਨੂੰ ਪਤਾ ਨਹੀਂ ਸੀਗਾ। ਚੱਲ ਵੀ ਪੁੱਤਰੋ ਮਾਰ ਕੇ ਸਕਲਾਂ ਦੇ। ਇਹ ਪਿੰਡ ਦਾ ਜਿਹੜਾ ਸਕੂਲ ਆ ਅਬਦੁੱਲਾਪੁਰ ਨਾਂ ਲਿਖਿਆ ਇਹਦਾ ਬਾਹਰ, ਕਈ ਵਾਰ ਦੋ ਦੋ ਨਾਂ ਹੁੰਦੇ ਨੇ ਨਾ, ਤਾਂ ਕਰਕੇ ਸਾਹਮਣੇ ਜਾ ਰਹੇ ਨੇ ਆ ਖੜੇ ਨੇ ਵੀਰ। ਇਹਨਾਂ ਨੇ ਦੱਸਿਆ ਆਪਾਂ ਨੂੰ, ਕਹਿੰਦੇ ਵੀ ਜਿਹੜਾ ਇਹ ਪਿੰਡਾਂ ਨੂੰ ਅਬਦੁੱਲਾਪੁਰ ਆ ਕਾਗਜ਼ਾਂ ਵਿੱਚ ਚੌਹਾਣੇ ਕਲਾਂ ਨਾਲ ਆਪਾਂ ਨੂੰ ਲਿਖਣਾ ਪਊ। ਪਹਿਲਾਂ ਆਪਾਂ ਉਲਝ ਗਏ ਸੀ ਇਹ ਗੱਲ ਦੇ ਵਿੱਚ। ਇਹ ਜਿਹੜਾ ਪਿੰਡ ਦੇ ਵਿੱਚ ਆ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜਾਣੀ ਕਿ ਲੰਗਰ ਲਗਾਏ ਜਾ ਰਹੇ ਨੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ।